ਮੈਨੂੰ ਅਤੇ ਮੇਰੀ ਵਾਈਫ ਨੂੰ ਪਿਛਲੇ 4-5 ਸਾਲਾਂ ਤੋਂ ਸ਼ੂਗਰ ਦੀ ਦਿੱਕਤ ਹੈ ਜੀ। 350-350 ਤੱਕ ਰਹਿੰਦੀ ਸੀ ਜੀ। ਹੁਣ ਆਪਾਂ ਘਨੌਲੀ ਵੈਰੀਅਸ ਤੋਂ ਦਵਾਈ ਲਈ ਹੈ ਜੀ। ਇਹਦੇ ਨਾਲ ਸਾਨੂੰ 1.5 ਮਹੀਨੇ ਦੇ ਵਿੱਚ ਫਰਕ ਪਿਆ ਜੀ ਕਾਫੀ। ਹੁਣ ਸਾਡੀ 110 ਤੋਂ 120 ਦੇ ਵਿੱਚ ਨੋਰਮਲ ਰਹਿੰਦੀ ਹੈ ਜੀ। ਕਿੰਨੇ ਸਾਲਾਂ ਤੋਂ ਸ਼ੂਗਰ ਸੀਗੀ? 5-6 ਸਾਲ ਜੀ। ਤੁਹਾਨੂੰ ਸੀ, ਤੁਸੀਂ ਵਾਈਫ ਇਹਨਾਂ ਦੇ? ਥੈਂਕ ਯੂ ਜੀ, ਬਸ।